ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੋਂ ਇਲਾਵਾ ਭਾਰਤ ਦੇ ਹੋਰ ਸੂਬਿਆਂ ਦੇ ਕਿਸਾਨਾਂ ਦੀ ਸਹੂਲਤ ਲਈ ਸੀਫਟੈਕ ਕੰਪਨੀ ਵੱਲੋਂ ਨਵੀਆਂ ਤਕਨੀਕਾਂ ਨਾਲ ਨਵੀਂ-ਨਵੀਂ ਮਸ਼ੀਨਰੀ ਪੇਸ਼ ਕੀਤੀ ਜਾ ਰਹੀ ਹੈ ਸੀਫਟੈਕ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਸਹੂਲਤ ਲਈ ਪੇਸ਼ ਕੀਤੇ ਗਏ ਹੈਂਡੀ ਰੀਪਰ ਨੂੰ ਕਿਸਾਨਾਂ ਵੱਲੋਂ ਆਸ ਨਾਲੋਂ ਵੀ ਵੱਧ ਹੰਗਾਰਾ ਦਿੱਤਾ ਗਿਆ ਹੈ ਅਤੇ ਇਹ ਹੈਂਡੀ ਰੀਪਰ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਉੱਤਰਾਖੰਡ ਬਿਹਾਰ ਅਤੇ ਗੁਜਰਾਤ ਦੇ ਕਿਸਾਨਾਂ ਵਿੱਚ ਵੀ ਬਹੁਤ ਹੀ ਪਪੂਲਰ ਹੋ ਚੁੱਕਾ ਹੈ ਹੁਣ ਸੀਫਟੈਕ ਕੰਪਨੀ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਮੋਬਾਈਲ ਮੋਟਰ 스타ਟਰ ਮਾਰਕੀਟ ਵਿੱਚ ਪੇਸ਼ ਕੀਤਾ ਗਿਆ ਹੈ ਆਮ ਤੌਰ ਤੇ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਆਪਣਾ ਬਹੁਤਾ ਸਮਾਂ ਖੇਤਾਂ ਵਿੱਚ ਹੀ ਗੁਜ਼ਾਰਨਾ ਪੈਂਦਾ ਹੈ ਕਿਉਂਕਿ ਝੋਨੇ ਦੀ ਫਸਲ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਲਈ ਕਿਸਾਨ ਹਮੇਸ਼ਾ ਬਿਜਲੀ ਦੀ ਉਡੀਕ ਵਿੱਚ ਰਹਿੰਦੇ ਨੇ ਕਿ ਜਦੋਂ ਹੀ ਬਿਜਲੀ ਆਵੇਗੀ ਤਾਂ ਅਨਤ੍ਰੰਤ ਹੀ ਮੋਟਰ ਚਲਾ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਝੋਨੇ ਦੇ ਸੀਜ਼ਨ ਵਿੱਚ ਇੱਕ ਮਿੰਟ ਵੀ ਅਜਾਈ ਨਹੀਂ ਜਾਣ ਦਿੱਤਾ ਜਾਂਦਾ ਕਿਸਾਨਾਂ ਲਈ ਇੱਕ ਮਿੰਟ ਦੀ ਵੀ ਬਹੁਤ ਵੱਡੀ ਕੀਮਤ ਹੁੰਦੀ ਹੈ ਇਸ ਲਈ ਕਿਸਾਨਾਂ ਵੱਲੋਂ ਹਮੇਸ਼ਾ ਮੋਟਰ ਤੇ ਪਹਿਰਾ ਦਿੱਤਾ ਜਾਂਦਾ ਹੈ ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਸੀਫਟੈਕ ਕੰਪਨੀ ਵੱਲੋਂ ਮੋਬਾਈਲ ਮੋਟਰ ਸਟਾਰਟਰ ਪੇਸ਼ ਕੀਤਾ ਗਿਆ ਹੈ ਇਹ ਮੋਟਰ ਸਟਾਰਟਰ ਖੇਤ ਵਿੱਚ ਲੱਗੀ ਮੋਟਰ ਤੇ ਸਟਾਰਟਰ ਦੇ ਨਾਲ ਹੀ ਫਿੱਟ ਹੋ ਜਾਂਦਾ ਹੈ ਇਸ ਮੋਬਾਈਲ ਸਟਾਰਟਰ ਵਿੱਚ ਇੱਕ ਮੋਬਾਈਲ ਨੰਬਰ ਦਾ SIM ਪਾਇਆ ਜਾਂਦਾ ਹੈ ਜਿਸ ਨਾਲ ਇਸ ਮੋਬਾਈਲ ਸਟਾਰਟਰ ਦਾ ਇੱਕ ਮੋਬਾਈਲ ਨੰਬਰ ਬਣ ਜਾਂਦਾ ਹੈ ਇਸ ਸਮਾਰਾਈਜ਼ ਸਟਰਟਰ ਵਿੱਚ ਪਾਏ ਗਏ SIM ਵਾਲੇ ਨੰਬਰ ਤੇ ਕੇਵਲ ਮੈਸ ਕਾਲ ਕਰਕੇ ਹੀ ਮੋਟਰ ਚਲਾਈ ਜਾ ਸਕਦੀ ਹੈ ਅਤੇ ਮੈਸ ਕਾਲ ਕਰਕੇ ਹੀ ਮੋਟਰ ਬੰਦ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਿਸਾਨ ਭਾਵੇਂ ਕਿਤੇ ਵੀ ਫਿਰਦਾ ਹੋਵੇ ਭਾਵੇਂ ਸ਼ਹਿਰ ਵਿੱਚ ਫਿਰਦਾ ਹੋਵੇ ਭਾਵੇਂ ਰਿਸ਼ਤੇਦਾਰੀ ਵਿੱਚ ਗਿਆ ਹੋਵੇ ਭਾਵੇਂ ਕਿਸੇ ਹੋਰ ਖੇਤ ਕੰਮ ਕਰ ਰਿਹਾ ਹੋਵੇ ਭਾਵੇਂ ਪੰਜਾਬ ਤੋਂ ਬਾਹਰ ਗਿਆ ਹੋਵੇ ਇੱਥੋਂ ਤੱਕ ਕਿ ਭਾਵੇਂ ਅਮਰੀਕਾ ਜਾਂ ਕੈਨੇਡਾ ਵੀ ਗਿਆ ਹੋਵੇ ਉਥੋਂ ਹੀ ਮੋਬਾਈਲ ਸਟਾਰਟਰ ਵਾਲੇ ਨੰਬਰ ਤੇ ਮਿਸ ਕਾਲ ਕਰਕੇ ਮੋਟਰ ਚਲਾ ਸਕਦੇ ਹਾਂ ਅਤੇ ਮਿਸ ਕਾਲ ਕਰਕੇ ਹੀ ਬੰਦ ਕਰ ਸਕਦੇ ਹਾਂ ਸੀਵਟੈਕ ਕੰਪਨੀ ਵੱਲੋਂ ਤਿਆਰ ਕੀਤੇ ਗਏ ਇਸ ਮੋਬਾਈਲ ਸਟਾਰਟਰ ਦਾ ਖਰਚਾ ਵੀ ਕੁਝ ਨਹੀਂ ਹੈ ਕੇਵਲ ਮੋਬਾਈਲ ਸਟਾਰਟਰ ਵਿਚਲੇ ਨੰਬਰ ਵਿੱਚ ਹੀ ਹਰ ਮਹੀਨੇ ਮੈਸੇਜ ਪੈਕ ਪਵਾਉਣਾ ਪੈਂਦਾ ਹੈ ਇਸ ਤੋਂ ਇਲਾਵਾ ਇੱਕ ਪੈਸਾ ਵੀ ਖਰਚ ਨਹੀਂ ਆਉਂਦਾ ਕਿਉਂਕਿ ਕੇਵਲ ਮਿਸ ਕਾਲ ਹੀ ਕਰਨੀ ਪੈਂਦੀ ਹੈ ਸ਼ੀਵਟੈਕ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਇਹ ਮੋਬਾਈਲ ਸਟਾਰਟਰ ਖੇਤ ਵਿੱਚ ਮੋਟਰ ਤੇ ਆਦਮੀ ਦਾ ਪੂਰਾ ਕੰਮ ਕਰਦਾ ਏ ਜਦੋਂ ਬਿਜਲੀ ਆਉਂਦੀ ਹੈ ਤਾਂ ਇਹ ਕਿਸਾਨ ਨੂੰ ਮੈਸੇਜ ਭੇਜ ਕੇ ਦੱਸਦਾ ਏ ਕਿ ਲਾਈਟ ਆ ਗਈ ਹੈ ਜੇਕਰ ਮੋਟਰ ਚਲਾਉਣੀ ਹੈ ਤਾਂ ਮੈਸ ਕਾਲ ਕਰਕੇ ਮੋਟਰ ਚਲਾ ਦੇਵੋ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਵੀ ਇਹ ਮੋਬਾਈਲ ਸਟਾਰਟਰ ਮੈਸੇਜ ਭੇਜ ਕੇ ਦੱਸਦਾ ਹੈ ਕਿ ਬਿਜਲੀ ਬੰਦ ਹੋ ਗਈ ਹੈ ਜੇਕਰ ਚੱਲਦਾ ਹੋਇਆ ਮੋਟਰ ਟਿਊਬਵੈਲ ਪਾਣੀ ਛੱਡ ਜਾਂਦਾ ਏ ਤਾਂ ਇਹ ਮੋਬਾਈਲ ਸਟਾਰਟਰ ਤੁਰੰਤ ਮੈਸੇਜ ਭੇਜ ਕੇ ਦੱਸਦਾ ਹੈ ਕਿ ਮੋਟਰ ਨੇ ਪਾਣੀ ਛੱਡ ਦਿੱਤਾ ਇਸ ਲਈ ਮੋਟਰ ਬੰਦ ਕਰਕੇ ਦੁਬਾਰਾ ਚਲਾਈ ਜਾ ਸਕਦੀ ਹੈ ਇਸੇ ਤਰ੍ਹਾਂ ਜੇਕਰ ਬਿਜਲੀ ਡੈਮ ਆ ਜਾਂਦੀ ਹੈ ਭਾਵੇਂ ਬਿਜਲੀ ਸਿੰਗਲ ਫੇਸ ਆਉਂਦੀ ਹੈ ਤਾਂ ਵੀ ਇਹ ਮੋਬਾਈਲ ਸਟਾਰਟਰ ਮੈਸੇਜ ਭੇਜ ਕੇ ਦੱਸਦਾ ਹੈ ਕਿ ਬਿਜਲੀ ਡੈਮ ਆਈ ਹੈ ਇੱਥੋਂ ਤੱਕ ਕਿ ਜੇਕਰ ਤੁਹਾਡੀ ਮੋਟਰ ਬੰਦ ਹੈ ਅਤੇ ਕਿਸੇ ਸ਼ਰਾਰਤੀ ਵਿਅਕਤੀ ਨੇ ਤੁਹਾਡੀ ਮੋਟਰ ਚਲਾ ਦਿੱਤੀ ਤਾਂ ਇਹ ਮੋਬਾਈਲ ਮੋਟਰ ਸਟਾਰਟਰ ਤੁਹਾਨੂੰ ਮੈਸੇਜ ਭੇਜ ਕੇ ਦੱਸੇਗਾ ਕਿ ਤੁਹਾਡੀ ਮੋਟਰ ਆਨ ਹੋ ਗਈ ਏ ਇਸ ਲਈ ਤੁਸੀਂ ਤੁਰੰਤ ਮਿਸ ਕਾਲ ਕਰਕੇ ਮੋਟਰ ਬੰਦ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਕਿਸਾਨ ਜਿੱਥੇ ਮਰਜ਼ੀ ਆਜ਼ਾਦੀ ਨਾਲ ਕੰਮ ਸਕਦਾ ਏ ਅਤੇ ਆਪਣੇ ਬਾਹਰ ਅੰਦਰ ਦੇ ਕੰਮਕਾਰ ਕਰ ਸਕਦਾ ਏ ਉਹ ਭਾਵੇਂ ਬਸ ਵਿੱਚ ਜਾ ਰਿਹਾ ਏ ਜਾਂ ਕਿਤੇ ਹੋਰ ਕੰਮ ਕਰ ਰਿਹਾ ਹੈ ਜਾਂ ਟਰੈਕਟਰ ਚਲਾ ਰਿਹਾ ਹੈ ਹਰ ਥਾਂ ਤੋਂ ਉਹ ਮਿਸ ਕਾਲ ਕਰਕੇ ਆਪਣੀ ਮੋਟਰ ਚਲਾ ਸਕਦਾ ਹੈ ਅਤੇ ਬੰਦ ਕਰ ਸਕਦਾ ਹੈ ਇਹ ਮੋਬਾਈਲ ਸਟਾਰਟਰ ਹਰ ਤਰ੍ਹਾਂ ਦੇ ਮੋਟਰ ਸਟਾਰਟਰਾਂ ਨਾਲ ਫਿੱਟ ਕੀਤਾ ਜਾ ਸਕਦਾ ਹੈ ਭਾਵੇਂ ਕਿਸੇ ਵੀ ਕੰਪਨੀ ਦਾ ਕੋਈ ਵੀ ਸਟਾਰਟਰ ਮੋਟਰ ਤੇ ਲੱਗਿਆ ਹੋਵੇ ਇਹ ਮੋਬਾਈਲ ਸਟਾਰਟਰ ਉਸੇ ਨਾਲ ਹੀ ਫਿੱਟ ਹੋ ਜਾਂਦਾ ਹੈ ਅਤੇ ਪੂਰਾ ਕੰਮ ਕਰਦਾ ਹੈ ਕਿਸਾਨ ਦੀ ਮੋਟਰ ਭਾਵੇਂ 1 ਹਾਰਸ ਪਾਵਰ ਹੈ ਭਾਵੇਂ 100 ਹਾਰਸ ਪਾਵਰ ਹੈ ਹਰ ਪਾਵਰ ਦੀ ਮੋਟਰ ਤੇ ਇਹ ਇੱਕੋ ਜਿਹਾ ਕੰਮ ਹੀ ਕਰਦਾ ਹੈ ਇਸ ਮੋਬਾਈਲ ਸਟਾਰਟਰ ਨੂੰ ਘਰ ਦੇ ਵੱਖ-ਵੱਖ ਮੈਂਬਰ ਕੰਟਰੋਲ ਕਰ ਸਕਦੇ ਨੇ ਇਸ ਮੋਬਾਈਲ ਸਟਾਰਟਰ ਵਿੱਚ ਘਰ ਦੇ ਮੈਂਬਰਾਂ ਦੇ ਮੋਬਾਈਲ ਨੰਬਰ ਰਜਿਸਟਰਡ ਹੋ ਜਾਂਦੇ ਨੇ ਅਤੇ ਘਰ ਦਾ ਕੋਈ ਵੀ ਮੈਂਬਰ ਮੋਟਰ ਚਲਾ ਸਕਦਾ ਹੈ ਅਤੇ ਬੰਦ ਕਰ ਸਕਦਾ ਹੈ। ਘਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਇਸ ਮੋਬਾਈਲ ਸਟਾਰਟਰ ਦੇ ਨੰਬਰ ਤੇ ਕਾਲ ਕਰਕੇ ਮੋਟਰ ਨਹੀਂ ਚਲਾ ਸਕਦਾ। ਇਹ ਮੋਬਾਈਲ ਸਟਾਰਟਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸੀਫਟੈਕ ਕੰਪਨੀ ਵੱਲੋਂ ਪੇਸ਼ ਕੀਤੇ ਗਏ ਮੋਬਾਈਲ ਸਟਾਰਟਰ ਤਿੰਨ ਮਾਡਲਾਂ ਵਿੱਚ ਉਪਲਬਧ ਨੇ। ਸਭ ਤੋਂ ਹੇਠਲੇ ਮਾਡਲ ਦੇ ਮੋਬਾਈਲ ਸਟਾਰਟਰ ਦੀ ਕੀਮਤ ਕੇਵਲ 3000 ਰੁਪਏ ਹੈ ਪਰ ਇਸ ਮੋਟਰ 스타ਟਰ ਵਿੱਚ ਆਪਸ਼ਨਾਂ ਘੱਟ ਨੇ ਇਸ ਤੋਂ ਉੱਪਰਲੇ ਮਾਡਲ ਦੀ ਕੀਮਤ 5000 ਰੁਪਏ ਹੈ ਇਸ ਮੋਬਾਈਲ 스타ਟਰ ਨੂੰ ਘਰ ਦੇ 4 ਮੈਂਬਰ ਚਲਾ ਸਕਦੇ ਨੇ ਇਸੇ ਤਰ੍ਹਾਂ ਸਭ ਤੋਂ ਉੱਪਰਲੇ ਮਾਡਲ ਦੀ ਕੀਮਤ 8000 ਰੁਪਏ ਹੈ ਇਸ ਟਾਪ ਮਾਡਲ ਵਿੱਚ ਘਰ ਦੇ 9 ਮੈਂਬਰਾਂ ਦੇ ਮੋਬਾਈਲ ਨੰਬਰ ਰਜਿਸਟਰਡ ਹੋ ਜਾਂਦੇ ਨੇ ਅਤੇ ਘਰ ਦੇ 9 ਮੈਂਬਰ ਇਸ ਤੇ ਮੈਸਸ ਕਾਲ ਕਰਕੇ ਮੋਟਰ ਚਲਾ ਸਕਦੇ ਨੇ ਤੇ ਬੰਦ ਕਰ ਸਕਦੇ ਨੇ ਟੌਪ ਮਾਡਲ ਵਿੱਚ ਸਭ ਤੋਂ ਵੱਧ ਸਹੂਲਤਾਂ ਨੇ ਅਤੇ ਪੂਰੀ ਤਰ੍ਹਾਂ ਸੁਰੱਖਿਆਤ ਹੈ ਇਸ ਤਰ੍ਹਾਂ ਸ਼ੀਫਟ ਕੰਪਨੀ ਵੱਲੋਂ ਪੇਸ਼ ਕੀਤੇ ਗਏ ਮੋਬਾਈਲ ਸਟਾਰਟਰ ਨਾਲ ਝੋਨੇ ਦੇ ਸੀਜ਼ਨ ਵਿੱਚ ਕਿਸਾਨ ਸੁੱਖ ਦਾ ਸਾਹ ਲੈਣਗੇ ਅਤੇ ਉਹਨਾਂ ਨੂੰ ਮੋਟਰਾਂ ਤੇ ਰਾਤਾਂ ਕੱਟਣ ਦੀ ਕੋਈ ਲੋੜ ਨਹੀਂ ਹੁਣ ਕਿਸਾਨ ਆਪਣੇ ਘਰ ਆਪਣੇ ਪਰਿਵਾਰ ਵਿੱਚ ਆਰਾਮ ਨਾਲ ਸੌਂ ਸਕਦੇ ਨੇ ਅਤੇ ਘਰ ਬੈਠੇ ਹੀ ਮੋਟਰ ਚਲਾ ਸਕਦੇ ਨੇ ਤੇ ਬੰਦ ਕਰ ਸਕਦੇ ਨੇ ਕੋਈ ਵੀ ਕਿਸਾਨ ਇਹ ਮੋਬਾਈਲ ਸਟਾਰਟਰ ਖਰੀਦਣ ਲਈ ਸੀਫਟੈਕ ਦੇ ਨੰਬਰਾਂ ਤੇ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦਾ ਹੈ ਅਜੇ ਤੱਕ ਇਹ ਮੋਬਾਈਲ ਸਟਾਰਟਰ ਫਰੀਦਕੋਟ ਜਲੰਧਰ ਅਤੇ ਚੰਡੀਗੜ੍ਹ ਤੋਂ ਹੀ ਮਿਲ ਸਕਦੇ ਨੇ ਭਵਿੱਖ ਵਿੱਚ ਸੀਫਟੈਕ ਕੰਪਨੀ ਵੱਲੋਂ ਹੋਰ ਸ਼ਹਿਰਾਂ ਵਿੱਚ ਵੀ ਡੀਲਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਨਵੇਂ ਡੀਲਰ ਨਿਯੁਕਤ ਕੀਤੇ ਜਾ ਰਹੇ ਨੇ ਜੇਕਰ ਕੋਈ ਦੁਕਾਨਦਾਰ ਮੋਬਾਈਲ ਸਟਾਰਟਰਾਂ ਦਾ ਡੀਲਰ ਬਣਨਾ ਚਾਹੁੰਦਾ ਹੈ ਤਾਂ ਉਹ ਵੀ ਸੀਫਟੈਕ ਦੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਉਹਨਾਂ ਦੇ ਪ੍ਰਯੋਜਕ ਸਨ ਕਿਸਾਨਾਂ ਦੀ ਖੁਸ਼ਹਾਲੀ ਲਈ ਜਪਾਨੀ ਤਕਨੀਕ ਸੇਫਟੈਕ ਹੈਂਡੀ ਰੀਪਰ